हाँ जी सत श्रीकाल जी सारिया नूं ते लो जी स्वागत है जी अज्ज दे अपने एक नवे व्लॉग दे विच। ते मौके ते टाइम जिहड़ा है उह लगभग साढ़े छे हो गए ने, ठीक है। ते अज्ज दा सारों पहला मिशन अपना ट्राली लैके आए सी आपां, ते ट्राली छड्ड के आउणे आ, ठीक है। पहला काम इह करिए, उस तों बाद फिर आके एडिटिंग करांगे, फिर देखदे आ सारिआं दी कॉल वगैरह आउंदी है जां करनी पैंदी है वी की प्लैन बणदा अपना जाण दा, ते फिर उन्हें तो सलाह होगी। उस तो बाद फिर देखांगे भी किहड़े हिसाब नाल की बना दे के प्रोग्राम कैंसल करना है, ठीक है। तो बस पहला ट्राली छड्ड के आउणा छेती छेती। ट्राली वाला काम करता डन, थोड़ी जी ऑफ रोडिंग भी होगी नाल, ट्राली ला आया वो पिछले गड़ी से चल रहे हूँ घरें। देख लो आज पिंड खोबरिया इंटरनेशनल पिंड है। लो भी हूँ 50 हाल है। मैं ब्लॉग करता है अपलोड, वेख लो चैकिंग कंप्लीट, चैक्स कंप्लीट, नो इशू फाउंड, ठीक है। तो उस दे नाल ही 99% चांस ने कि आप जावे, हजे 8:30 होए ने, तो आप 10-10:30 बजे जाने हैं, 2 घंटे पे ने, तो पैली बोनी है, मैं चलो कम नबेड़ लेना फिर आप चलेंगे, ठीक है। जदों की मैकबुक लिया ना उदो मैं इन जमा ब्लैक करता से वालपेपर ताकि बैटरी घट पीवे, तो हूँ मैं क्या थोड़ा जहा चेंज लिया वास्ते वालपेपर ला देने दोबारे, कवर भी इंदा लाया होया क्योंकि गां गर्मियां ने हीट बहुत ज़्यादा होंगी है इस करके। तो चलो चलिए आप। वैसे मैं ट्रैक्टर का ब्लॉग नहीं बना बिल्कुल ही, पर गोभी का ऑर्डर आया ब्लॉग बनाई ट्रैक्टर का, भावें माड़ा मोटा ही बनाई, मैं क्या चलो अगे भी माड़ा मोटा ही बनाने बना लें। मारता है फोन तो फोन आई जाते हैं सारे, चलिए चलिए चलिए, मैं क्या मैं बस तैयार ही हाँ तुम आ जाओ। हालांकि अजे घर नहीं पहुंचा मैं, चलो पानी भी घर चल के पीवेंगे, ट्रैक्टर इतने रोकता है, बाकी अगे तो आप डैडी सामभ लूगा। आखड़ा जी अर्जन डिप्रेशन लगता है, लगता है हालात का लाइट हो गया है। ਸੋਹਣਾ
ਜਲਸਾ ਹੈ ਨੀ ਲਿਆਉਣ ਵਾਲੀ ਇੱਥੇ ਪਰ ਹੁਣ ਗਲਤੀ ਹੋ ਹੀ ਗਈ ਕੀ ਕਰ ਸਕਦੇ ਹਾਂ ਬਾਈ ਬਾਈ ਜੀ ਐਨਕਾ ਲਾ ਦਿੰਦੇ ਪਾਣੀ ਚ ਵੀ ਐਵੇਂ ਜਾਈ ਫਿਰ ਮਨ ਜਾ ਹਾਜ਼ਰੀ ਲਾ ਲੋ ਰੋਲ ਨੰਬਰ 1 2 3 4 5 ਆਈਟਮ ਆ ਗਈਆਂ ਕੋਸਟਿਊਮ ਲੈ ਲੋ ਪਹਿਲਾਂ ਕੋਸਟਿਊਮ ਕੱਛੇ ਲੈ ਲੋ ਬੰਦੇ ਹੋ ਗਏ ਰੇਡੀ ਆਪਣੇ ਵੀ ਮੁੰਡੇ ਦੇਖਦੇ ਆ ਕੀ ਮਾਹੌਲ ਆ ਫਿਰ ਤੁਹਾਨੂੰ ਦੱਸਦੇ ਆ ਨਾ ਲਿਆ ਕਿਵੇਂ ਦਾ ਲੱਗਾ ਕਿਵੇਂ ਦਾ ਲੱਗਾ ਰਿਵਿਊ ਦੋ ਐਵੇਂ ਰਿਵਿਊ ਦੇ ਆ ਦੇਖ ਲਓ ਟੁੱਟ ਕੇ ਪੈ ਗਏ ਜੇ ਸੈਂਡਵਿਚਾਂ ਨੂੰ ਫ੍ਰੀ ਦਿਓ ਵੀ ਭੁੱਖ ਬਹੁਤ ਲੱਗੀ ਫ੍ਰੀ ਦੇ ਸੈਂਡਵਿਚ ਸਿੱਧੀ ਪਲੇਟ ਕੇ ਚੱਲੀ ਸਾਡੀ ਫਿਲਮ ਲੰਘ ਜਾਂਦੀ ਆ ਲਓ ਵੀ ਮੁੰਡਿਆਂ ਸੀਨ ਇੱਦਾਂ ਕਿ ਆਪਾਂ ਨਿਕਲ ਆਏ ਵਾਟਰ ਪਾਰਕ ਚੋਂ ਸੀਟ ਬੈਲਟ ਲੱਗੀ ਹੋਈ ਹੈ ਮੇਰੇ ਵਾਟਰ ਪਾਰਕ ਚੋਂ ਨਿਕਲ ਆਇਆ ਸ਼ੂਟ ਕੁਛ ਕੀਤਾ ਨਹੀਂ ਕਾਹਤੋਂ ਨਹੀਂ ਕੀਤਾ ਉਹ ਇਹ ਦੱਸਣਗੇ ਦੱਸੋ ਵੀ ਕਾਹਤੋਂ ਨਹੀਂ ਕੀਤਾ ਸ਼ੂਟ ਆਪਾਂ ਨਹੀਂ ਲਿਆ ਯਾਰ ਕਹਿੰਦਾ ਖਰਾਬ ਹੋ ਜਾਏਗਾ ਉਹ ਵੀ ਨਹੀਂ ਲਿਆ ਕੈਮਰਾ ਤੇ ਮੈਂ ਲੈ ਕੇ ਨਹੀਂ ਸੀ ਆਇਆ ਉਹ ਵਾਟਰ ਪ੍ਰੂਫ ਸੀਗਾ ਮੇਰੇ ਵਾਲਾ ਫੋਨ ਵੈਸੇ ਤੇ ਵਾਟਰ ਪ੍ਰੂਫ ਹੀ ਹੈ ਮੈਂ ਯਾਰ ਰਿਸਕ ਕਿਉਂ ਲੈਣਾ ਮੈਂ ਕਹਿੰਦਾ ਇਹਦੇ ਵਾਲਾ 14 ਪ੍ਰੋ ਹੈ ਜੋੜੀ ਦਾ ਤੇ ਅਸੀਂ ਉਧਰ ਵੀ ਆਏ ਸੀ ਤੇ ਉਧਰ ਜੋੜੀ ਲੱਗੀ ਨੀ ਸੀ ਜਿੱਦਣ ਇੱਕ ਦਿਨ ਲੇਟ ਹੋ ਗਈ ਸੀਗੀ ਉਧਰ ਰਿਲੀਜ਼ਿੰਗ ਡੇਟ ਸੀ ਪਰ ਉਹ ਰਾਤ ਨੂੰ ਰਿਲੀਜ਼ ਹੋਈ ਸੀ ਉਧਰ ਮਿਸ ਹੋ ਗਈ ਅਸੀਂ ਹੁਣ ਆਏ ਹਾਂ ਤੇ ਫਿਲਮ ਵੇਖ ਕੇ ਚੱਲਦੇ ਹਾਂ ਵਾਟਰ ਪਾਰਕ 'ਚ ਸੀਨ ਇੱਦਾਂ ਸੀਗਾ ਕਿ ਅੱਧਾ ਹੀ ਹਜੇ ਖੁੱਲਿਆ ਅੱਧੀਆਂ ਸਲਾਈਡਾਂ ਬੰਦ ਪਈਆਂ ਨੇ ਉਹ ਜਿਹੜੀ ਵੇਵ ਜਿਹੀ ਵਾਲਾ ਸੀਗਾ ਉਹ ਖਰਾਬ ਹੋਇਆ ਵਿਆ ਸੀ ਡੰਗਾ ਇਹਨਾਂ ਦਾ ਇਸ ਕਰਕੇ ਅਸੀਂ ਛੱਡ ਕੇ ਆ ਗਏ ਹਾਂ ਠੀਕ ਹੈ ਸਾਡਾ ਪਲਾਨ ਇਹ ਸੀਗਾ ਕਿ ਪਹਿਲਾਂ ਜਿਵੇਂ ਨਾ ਲੈਂਦੇ ਹਾਂ ਠੀਕ ਹੈ ਵੀ ਨਜ਼ਾਰੇ ਲੈ ਕੇ ਉਦੋਂ ਬਾਅਦ ਵਾਪਸ ਜਦੋਂ ਜਿਵੇਂ ਖਾਣ ਪੀਣ ਲਈ ਆਵਾਂਗੇ ਫਿਰ ਜਾਵਾਂਗੇ ਉਦੋਂ ਫੋਨ ਲੈ ਚੱਲਾਂਗੇ ਨਾਲੇ ਵੀਡੀਓ ਸ਼ੂਟ ਕਰ ਲਾਂਗੇ ਖਾਣ ਪੀਣ ਆਏ ਉਦੋਂ ਬਾਅਦ ਮੂਡ ਹੀ ਨਹੀਂ ਕੀਤਾ ਜਾਣ ਦਾ ਫਿਰ ਸਿੱਧਾ ਅਸੀਂ ਪਲਾਨ ਬਣਾਇਆ ਫਿਲਮ ਵੇਖਣ ਦਾ ਸਹੀ ਆ ਗਏ ਫਿਲਮ ਵੇਖਣ ਆ ਗਏ ਸਿੰਸਰਾ ਇੱਥੇ ਥੋੜੀ ਹੈ ਸਿੰਸਰਾ ਤਾਂ ਅੱਗੇ ਰਹਿ ਗਏ ਯਾਰ ਆਪਾਂ ਇੱਕ ਉਹ ਕਰਤਾ ਮਿਸ ਕਰਤਾ ਉਵੇਂ ਐਟਮੀ ਆ ਨਿਕਲੋ ਟਿਕਟਾਂ ਬੁੱਕ ਨੇ ਬਸ ਭੱਜਣਾ ਚਲੋ 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 ਹਾਂ ਹਾਂ ਬੁੱਕਣੇ ਟਿਕਟਾਂ ਬੁੱਕਣੇ ਬਸ ਜੋੜੀ ਵੇਖਣੀ ਜਾ ਕੇ ਵੈਸੇ ਅੰਨੀ ਦਾ ਮਜ਼ਾਕ ਪਰ ਇਹ ਮੈਨੂੰ ਲੱਗਦਾ ਚੱਲਣ ਦੀ ਵੈਸੇ ਵੀ ਪਰ ਜੋੜੀ ਹੈ ਹਾਂ ਇੱਦਾਂ ਦੇ ਪੰਗੇ ਲੈਂਦੀ ਕਾਹ ਤੋਂ ਬਾਅਦ ਤੁਹਾਡੀਆਂ ਬੈਲਟਾਂ ਟੁੱਟਦੀਆਂ ਚਲੋ ਬਾਈ ਚਲੋ ਉਹਨੂੰ ਕਹਿ ਉਹ ਵਧੀਆ ਖੇਡਦਾ ਫੋਟੋ ਚੱਲ ਖੜ ਮੈਂ ਲਓ ਵੀ ਮੁੰਡੇ ਇੰਟਰਵਲ ਹੋਇਆ ਸੀ ਅਤੇ ਦੁਆਲੇ ਪੌਪਕੋਰਨ ਕੋਕ ਬਰਗਰ ਸੈਂਡਵਿਚ ਇੱਥੇ ਨਹੀਂ ਸੀ ਇੱਥੇ ਆ ਇੱਧੀ ਲਾਈਟ 'ਚ ਆ ਹਾਂ ਇੱਥੇ ਸੀ
ਲੋ ਵੀ ਮੁੰਡਿਓ ਫਿਲਮ ਵੇਖ ਕੇ ਆ ਗਏ ਆਪਾਂ ਬਾਹਰ ਰਿਵਿਊ ਲੈਨੇ ਆ ਇਹਨਾਂ ਦਾ ਦੱਸੋ ਵੀ ਫਿਲਮ ਕਿਦਾਂ ਦੀ ਲੱਗੀ ਕਿਦਾਂ ਦੀ ਲੱਗੀ ਫਿਲਮ ਰੋਣਾ ਆ ਗਿਆ ਤੈਨੂੰ ਰੋਣਾ ਆ ਗਿਆ ਤੈਨੂੰ ਰੋਣਾ ਆ ਗਿਆ ਮਾਈਕ ਕਰਮੂ ਦੇ ਨੇੜੇ ਦੱਸ ਦੇ ਕਿਦਾਂ ਦੀ ਲੱਗੀ ਹਾਂ ਇਹਨੂੰ ਛੱਡ ਦੇ ਫਿਲਮ ਬਹੁਤ ਸਿਰਾ ਸੀ ਨਹੀਂ ਬਈ ਬਹੁਤ ਕਰ ਗਈ ਸੀ ਹਾਂ ਪਰ ਮੈਂ ਉਹ ਬਸ ਹੁਣ ਚੱਲਦੇ ਕਿ ਹੁਣ ਸਾਰੇ ਇਮੋਸ਼ਨ ਸੀ ਇਹ ਸੈਡ ਹੈਪੀ ਵੀ ਸੀ ਕਮੇਡੀ ਵੀ ਸੀ ਐਂਡ ਜਾ ਕੇ ਸੈਡ ਹੋ ਜਾਣਾ ਬਾਕੀ ਤੇ ਤੇਰੇ ਲਈ ਨਹੀਂ ਗੇ ਓਏ ਮੈਂ ਫਿਰ ਲਾਤੀ ਖਿੱਚੂਗਾ ਤੇਰੇ ਲਈ ਨਹੀਂ ਗੇਟ ਖੋਲਿਆ ਚੱਲ ਆ ਜਾ ਪੁੱਤਰਾ ਇੱਕ ਮਿੰਟ ਦਾ ਟਾਈਮ ਨਹੀਂ ਤੇਰੇ ਕੋਲ ਮੈਂ ਦਿਖਾ ਸਾਲੇ ਤੈਨੂੰ ਬਿਠਾਉਂਗਾ ਚੱਲ ਕੱਢ ਇਹਨੂੰ ਭਾਈ ਨਹੀਂ ਤਾਂ ਗੱਡੀ ਮੈਂ ਚਲਾਉਂਗਾ ਨਾ ਸਹੀ ਗੱਲ ਸਾਡਾ ਡਰਾਈਵਰ ਬਹੁਤ ਖਤਰਨਾਕ ਹੈ ਇਹਦੇ ਨਾਲ ਵੱਡੇ ਜਿਗਰੇ ਵਾਲਾ ਹੀ ਸਰਵਾਈਵ ਕਰ ਸਕਦਾ ਸਾਡਾ ਡਰਾਈਵਰ ਬਹੁਤ ਖਤਰਨਾਕ ਹੈ ਇਹਦੇ ਨਾਲ ਵੱਡੇ ਜਿਗਰੇ ਵਾਲਾ ਹੀ ਸਰਵਾਈਵ ਕਰ ਸਕਦਾ ਅੱਗੇ ਵਾਲੇ ਮਰ ਜਾਂਦੇ ਨੇ ਫੋਨ ਕਰ ਲਾਂਗੇ ਲੋ ਵੀ ਮੁੰਡਿਓ ਘਰੇ ਆ ਗਏ ਸੀ ਵਾਪਸ ਆਪਾਂ ਅਤੇ ਆਪਣਾ ਅੱਜ ਦਾ ਵਲੋਗ ਇੱਥੋਂ ਤੱਕ ਹੀ ਸੀਗਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਅਤੇ ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ ਠੀਕ ਹੈ ਜੀ ਓਕੇ ਬਾਏ ਟਾਟਾ।